ਤੇ ਕਿਵੇਂ ਦਾ ਲੱਗਾ ਤੁਹਾਨੂੰ ਪਾਕਿਸਤਾਨ ਸਾਡਾ? ਬਹੁਤ ਹੀ ਵਧੀਆ, ਚੜ੍ਹਦੀ ਕਲਾ ਦੇ ਵਿੱਚ ਆ ਜੀ। ਉਹ ਇੰਡੀਆ ਵਰਗਾ ਹੀ ਲੱਗਾ, ਇੰਡੀਆ ਤੋਂ ਵੀ ਬੈਟਰ ਲੱਗਾ ਸਾਨੂੰ, ਕਿ ਉੱਧਰ ਹੁੰਦੀ ਰਾਮ ਰਾਮ ਤੇ ਇੱਧਰ ਅੱਲਾ ਹੀ ਅੱਲਾ, ਇਹ ਦੋਨੋਂ ਪਾਸੋਂ ਰਹਿ ਗਿਆ ਸਾਡਾ ਖਾਲੀ ਪੱਲਾ। ਵਾਹ, ਸਾਡਾ ਤੇ ਪੱਲਾ ਹੀ ਖਾਲੀ ਰਹਿ ਗਿਆ, ਸਾਡਾ ਤਾਂ ਸਾਰਾ ਕੁਝ ਇੱਥੇ ਪਿਆ। ਅਸਲਾਮ ਅਲੈਕੁਮ ਮੇਰੇ ਸੱਜਣੋ ਤੇ ਮਿੱਤਰੋ, ਕੀ ਹਾਲ ਤੁਹਾਡਾ? ਮੈਂ ਤੁਹਾਡਾ ਆਪਣਾ ਯਾਰ ਬੇਲੀ ਸੱਜਣ ਮੁਅੱਜ਼ਮ ਜੱਟ। ਤੇ ਸੱਜਣੋ, ਅੱਜ ਸਾਡੇ ਕੋਲ ਫੈਮਿਲੀ ਆਈ ਹੈ, ਸਿੱਖ ਫੈਮਿਲੀ ਜਿਹੜੀ USA ਤੋਂ ਆਈ ਆ, ਔਰ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਆ ਕੇ ਵਿਜ਼ਿਟ ਕੀਤਾ ਔਰ ਉਹਨਾਂ ਨੇ ਘੁੰਮੇ ਫਿਰੇ, ਉਹਨਾਂ ਨੂੰ ਬਹੁਤ ਚੰਗਾ ਲੱਗਾ। ਸਾਡੇ ਨਾਲ ਨੇ ਭਰਾ ਜੀ ਆਏ ਹੋਏ ਨੇ USA ਤੋਂ, ਇਹਨਾਂ ਨਾਲ ਗੱਲਬਾਤ ਕਰਕੇ ਪੁੱਛਦੇ ਹਾਂ ਕਿ ਤੁਹਾਨੂੰ ਪਾਕਿਸਤਾਨ ਕਿਵੇਂ ਦਾ ਲੱਗਾ ਵਾ। ਅਸਲਾਮ ਅਲੈਕੁਮ ਤੇ ਸਤਿ ਸ੍ਰੀ ਅਕਾਲ। ਵਾਲੇਕੁਮ ਅਸਲਾਮ ਜੀ, ਸਤਿ ਸ੍ਰੀ ਅਕਾਲ ਭਾਈ ਸਾਹਿਬ। ਕੀ ਹਾਲ ਚਾਲ ਤੁਹਾਡਾ ਤੇ ਕਿਵੇਂ ਦਾ ਲੱਗਾ ਤੁਹਾਨੂੰ ਪਾਕਿਸਤਾਨ ਸਾਡਾ? ਬਹੁਤ ਹੀ ਵਧੀਆ, ਚੜ੍ਹਦੀ ਕਲਾ ਦੇ ਵਿੱਚ ਆ ਜੀ। ਉਹ ਇੰਡੀਆ ਵਰਗਾ ਹੀ ਲੱਗਾ, ਇੰਡੀਆ ਤੋਂ ਵੀ ਬੈਟਰ ਲੱਗਾ ਸਾਨੂੰ। ਅੱਛਾ, ਤੇ ਬੜਾ ਜਿਹੜੇ ਸਿੱਖ ਫੈਮਿਲੀ ਜਦੋਂ ਪਾਕਿਸਤਾਨ ਦੇ ਵਿੱਚ ਆਉਂਦੀ ਬੜੀ ਖੁਸ਼ ਹੁੰਦੀ ਇੱਥੇ ਆ ਕੇ। ਇਹੋ ਜਿਹੀ ਕਿਹੜੀ ਆ ਕਿ ਜਿਹੜੀ ਗਿੱਦੜ ਸੀਗੀ ਆ ਕਿ ਜਦੋਂ ਪਾਕਿਸਤਾਨ ਦੇ ਵਿੱਚ ਆਉਂਦੇ ਸਿੱਖ ਫੈਮਿਲੀ ਬਹੁਤ ਜ਼ਿਆਦਾ ਖੁਸ਼ ਹੁੰਦੀ ਆ? ਸਾਡਾ ਰਹਿ ਤੇ ਸਾਰਾ ਕੁਝ ਇੱਦਾਂ ਹੀ ਗਿਆ ਜੀ। ਅੱਛਾ, ਜੋ ਵੀ ਹੈ ਸਿੱਖਾਂ ਦਾ ਇੰਡੀਆ ਦੇ ਵਿੱਚ ਤੇ ਜੋ ਹੋਏਗਾ ਹੋਏਗਾ, ਲੇਕਿਨ ਸਾਰਾ ਕੁਝ ਇੱਥੇ ਰਹਿ ਗਿਆ। ਬਿਲਕੁਲ, ਸਾਡੇ ਇੱਕ ਢਾਡੀ ਕਰਕੇ ਹੈ ਜੀ, ਮੋਰਾ ਵਾਲੀ ਕਰਕੇ, ਉਹ ਕਹਿੰਦੇ ਨੇ, ਮੈਂ ਜੇ ਤਾਂ ਤੁਸੀਂ ਕਹੋ ਤੇ ਥੋੜ੍ਹਾ ਜਿਹਾ ਉਹਨਾਂ ਦਾ ਛੋਟਾ ਜਿਹਾ ਸ਼ੇਅਰ ਹੈ ਕਿ ਉੱਧਰ ਹੁੰਦੀ ਰਾਮ ਰਾਮ ਤੇ ਇੱਧਰ ਅੱਲਾ ਹੀ ਅੱਲਾ, ਤੇ ਦੋਨੋਂ ਪਾਸੋਂ ਰਹਿ ਗਿਆ ਸਾਡਾ ਖਾਲੀ ਪੱਲਾ। ਵਾਹ, ਸਾਡਾ ਤੇ ਪੱਲਾ ਹੀ ਖਾਲੀ ਰਹਿ ਗਿਆ, ਸਾਡਾ ਤਾਂ ਸਾਰਾ ਕੁਝ ਇੱਥੇ ਪਿਆ। ਬਾਬਾ ਨਾਨਕ ਦਾ ਜਿਹੜਾ ਆ ਦਰਬਾਰ ਇੱਥੇ ਆ, ਕਰਤਾਰਪੁਰ ਸਾਹਿਬ ਇੱਥੇ ਆ, ਸਾਡੀ ਹਿਸਟਰੀ ਇੱਥੇ ਹੈ, ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਹੈ ਭਾਗ ਹੈ, ਸਾਰਾ ਕੁਝ ਇੱਥੇ ਪਿਆ। ਬਿਲਕੁਲ, ਇੱਥੇ। ਤੇ ਤੁਸੀਂ ਹੁਣ ਕਿੱਥੋਂ ਦੀ ਘੁੰਮ ਕੇ USA 'ਚੋਂ ਪਹਿਲੇ ਇੰਡੀਆ ਗਏ ਹੋ, ਇੰਡੀਆ 'ਚੋਂ ਪਾਕਿਸਤਾਨ ਆਏ ਹੋ, ਤੇ ਪਾਕਿਸਤਾਨ ਆਉਂਦਿਆਂ ਤੁਹਾਨੂੰ ਕਿਵੇਂ, ਮਤਲਬ ਕਿ ਰਾਜ ਕੋਈ ਮੁਸ਼ਕਲ ਆ ਤੇ ਜਾਂ ਵੀਜ਼ਾ ਲੱਗਣ ਵਾਸਤੇ ਕੋਈ ਇਹੋ ਜਿਹਾ ਕੋਈ ਮਸਲਾ ਮਸਾਇਲ ਤੁਹਾਨੂੰ ਆਇਆ? ਨਹੀਂ, ਕੋਈ ਮਸਲਾ ਮਸਾਇਲ ਨਹੀਂ ਆਇਆ। ਇੱਕ ਸਾਨੂੰ ਡਾਕੂਮੈਂਟ ਚਾਹੀਦਾ ਸੀਗਾ ਇੱਥੋਂ। ਅੱਛਾ, ਸਰਦਾਰ ਹਮੀਰ ਸਿੰਘ ਨੇ, ਨਨਕਾਣਾ ਸਾਹਿਬ ਫਾਊਂਡੇਸ਼ਨ ਦੇ ਜੋ ਪ੍ਰਧਾਨ ਸਾਹਿਬ ਨੇ, ਅਤੇ ਉਹ ਲੈਟਰ ਤੇ ਉਹਨਾਂ ਨੇ ਦੇ ਦਿੱਤਾ ਸੀ, ਅਤੇ ਅਸੀਂ US ਦੇ ਵਿੱਚ ਜਿਹੜੀ ਪਾਕਿਸਤਾਨ ਦੀ ਅੰਬੈਸੀ ਹੈ ਉਹ ਪੇਸ਼ ਕਰਕੇ ਉਹਨਾਂ ਨੇ ਸਾਨੂੰ ਵੀਜ਼ਾ ਦੇ ਦਿੱਤਾ ਸੀ ਔਨਲਾਈਨ। ਮਤਲਬ ਬੜਾ ਚੰਗਾ, ਕੋਈ ਮਸਲਾ ਮਸਾਇਲ ਨਹੀਂ ਆਇਆ? ਕੋਈ ਮਸਲਾ ਮਸਾਇਲ ਨਹੀਂ, ਐਵੇਂ ਮੀਡੀਆ ਦਾ ਹੀ ਰੌਲਾ ਪਾਇਆ ਹੋਇਆ, ਹੋਰ ਤੇ ਪੀਸਫੁਲ ਹੈ ਇੱਥੇ, ਮੈਨੂੰ ਤੇ ਇੰਡੀਆ ਵਰਗੇ ਲੱਗਾ। ਬਿਲਕੁਲ, ਅਸੀਂ ਘੁੰਮ ਰਹੇ ਹਾਂ ਇੱਥੇ। ਤੇ ਪਾਕਿਸਤਾਨ ਵਾਲੇ ਜਿੱਦਾਂ ਕਿ ਸਾਕਬ ਵਿਰਕ ਸਾਹਿਬ ਸਾਡੇ ਬੜੇ ਵੱਡੇ ਭਾਈ ਨੇ ਔਰ ਬੜੇ ਚੰਗੇ, ਬੜਾ ਇਸਤਕਬਾਲ ਕਰਦੇ ਨੇ ਸਿੱਖ ਫੈਮਿਲੀ ਨਾਲ, ਇਹਨਾਂ ਦਾ ਬਹੁਤ ਜ਼ਿਆਦਾ ਢੇਰ ਸਾਰਾ ਪਿਆਰ ਆ, ਤੇ ਇਹਨਾਂ ਦੇ ਬਾਰੇ ਜਦੋਂ ਤੁਹਾਨੂੰ ਮਿਲੇ ਤੁਸੀਂ ਭਗਤ ਸਿੰਘ ਹਵੇਲੀ ਭਗਤ ਸਿੰਘ ਗਏ, ਤੇ ਉੱਥੇ ਤੁਹਾਨੂੰ ਆ ਕਿਵੇਂ ਦਾ ਲੱਗਾ? ਐਕਚੁਅਲੀ ਅਸੀਂ ਨਨਕਾਣਾ ਸਾਹਿਬ ਗਏ ਸਨ, ਉੱਥੇ ਫੈਮਿਲੀ ਨੇ ਪਲਾਨ ਬਣਾਇਆ ਕਿ ਇੱਥੇ ਵੀ ਜਾਇਆ ਜਾਵੇ। ਵਿਰਕ ਸਾਹਿਬ ਦੀਆਂ ਮੈਂ ਵੀਡੀਓਜ਼ ਕਾਫੀ ਦੇਖੀਆਂ ਪਹਿਲਾਂ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਲੇਕਿਨ ਅੱਜ ਜਦੋਂ ਅਸੀਂ ਆਏ ਹਾਂ ਤੇ ਇਹ ਕਿਸੇ ਵਜ੍ਹਾ ਕਰਕੇ ਉੱਥੇ ਨਹੀਂ ਸਨ, ਤੇ ਸਾਡਾ ਦਿਮਾਗ ਵਿੱਚ ਸੀ ਸ਼ਾਇਦ ਇਹਨਾਂ ਦੀ ਰਿਹਾਇਸ਼ ਉੱਥੇ ਹੀ ਹੈ ਜੀ ਜੀ, ਲੇਕਿਨ ਇਹਨਾਂ ਦੀ ਰਿਹਾਇਸ਼ ਫੈਸਲਾਬਾਦ ਹੋਣ ਕਰਕੇ, ਤੇ ਇਹਨਾਂ ਨੇ ਟੈਲੀਫੋਨ ਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਵੈਲਕਮ ਕੀਤਾ, ਇਨਕਰੇਜ ਕੀਤਾ ਕਿ ਇਨਕਰੇਜ ਕਰਨ ਦੀ ਵਜ੍ਹਾ ਨਾਲ ਹੀ ਅਸੀਂ ਇੱਥੇ ਆਏ ਹਾਂ, ਨਹੀਂ ਤਾਂ ਅਸੀਂ ਉੱਥੋਂ ਮੁੜ ਜਾਣਾ ਸੀ ਵਾਪਸ। ਬਿਲਕੁਲ, ਤੇ ਤੁਸੀਂ ਪਾਕਿਸਤਾਨ ਦੇ ਵਿੱਚ ਹੁਣ ਕਿੱਥੇ ਕਿੱਥੇ ਘੁੰਮੇ ਆ ਹਾਲੇ ਤੱਕ? ਕਿੰਨੇ ਦਿਨ ਹੋ ਗਏ ਤੁਹਾਨੂੰ ਪਾਕਿਸਤਾਨ ਦੇ ਵਿੱਚ ਆਇਆ ਤੇ ਕਿੱਥੇ ਕਿੱਥੇ ਘੁੰਮੇ ਹੋ? ਸਾਨੂੰ 2 ਦਿਨ ਹੀ ਹੋਏ ਨੇ ਜੀ, ਅਸੀਂ ਪਹਿਲੇ ਦਿਨ ਤਾਂ ਹੋਟਲ 'ਚ ਚੈੱਕ ਇਨ ਕਰਨ ਤੋਂ ਪਹਿਲਾਂ ਡੇਰਾ ਸਾਹਿਬ ਲਾਹੌਰ ਚਲੇ ਗਏ ਗੁਰਦੁਆਰਾ ਸਾਹਿਬ ਜੀ। ਅੱਛਾ, ਫਿਰ ਕੱਲ੍ਹ ਅਸੀਂ ਚਲੇ ਗਏ ਸੀ ਕਰਤਾਰਪੁਰ ਸਾਹਿਬ, ਠੀਕ, ਉਹ ਵਿਜ਼ਿਟ ਕੀਤਾ, ਅਤੇ ਅੱਜ ਅਸੀਂ ਨਨਕਾਣਾ ਸਾਹਿਬ ਵਿਜ਼ਿਟ ਕਰਕੇ ਅਤੇ ਸ਼ਹੀਦ ਭਗਤ ਸਿੰਘ ਦੇ ਘਰ ਜਿਹੜਾ ਚੱਕ ਨੰਬਰ 105 ਬੰਗਾ, ਉਹ ਉੱਥੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ, ਅਤੇ ਵਿਰਕ ਸਾਹਿਬ ਦੇ ਜ਼ੋਰ ਦੇਣ ਦੇ ਨਾਲ ਅਸੀਂ ਇਹਨਾਂ ਕੋਲ ਆ ਗਏ। ਇਹਨਾਂ ਦੀ ਤਾਂ ਮੁਹੱਬਤ ਬਹੁਤ ਜ਼ਿਆਦਾ। ਅੱਛਾ, ਮੈਨੂੰ ਇਹ ਦੱਸੋ ਕਿ ਜਿਵੇਂ ਕਿ ਇੰਡੀਆ ਦੇ ਵਿੱਚ ਰਹਿਣ ਵਾਲੇ ਜਿਹੜੇ ਬੰਦੇ ਆ ਉਹ ਪਾਕਿਸਤਾਨ ਦੇ ਬੜਾ ਤਗੜਾ ਰਹਿੰਦੇ, ਇੱਕ ਦੂਜੇ ਦੇ ਲੜਾਈ ਦੇ ਵਿੱਚ ਤਗੜੇ ਰਹਿੰਦੇ ਹੈਗੇ ਆ ਕਿ ਉਹ ਸਾਡਾ ਦੁਸ਼ਮਣ ਆ, ਅਸੀਂ ਤੁਹਾਡਾ ਦੁਸ਼ਮਣ ਆ, ਹਾਲਾਂਕਿ ਇੰਝ ਦੀ ਕੋਈ ਗੱਲਬਾਤ ਨਹੀਂ। ਉਹ ਜਦੋਂ ਤੁਸੀਂ ਸਾਡੇ ਕੋਲ ਆਉਂਦੇ ਅਸੀਂ ਤੁਹਾਡਾ ਦੀਦ ਮੁਹੱਬਤ ਕਰਦੇ ਹਾਂ, ਪਿਆਰ ਕਰਦੇ ਤੁਹਾਡੇ ਨਾਲ, ਅਤੇ ਅਸੀਂ ਉਦੋਂ ਇਹ ਜਿਹੜੀ ਵਿੱਚ ਫਿੱਕਦੀ ਪਈ, ਇਹ ਕੀ ਰੌਲਾ ਹੈਗਾ? ਇਹ ਲੋਕਾਂ ਦਾ ਕੋਈ ਰੌਲਾ ਨਹੀਂ ਜੀ। ਅੱਛਾ, ਜੋ ਲੋਕਲ ਲੈਵਲ 'ਤੇ ਹੈ ਨਾ ਜੀ, ਆਦਮੀ ਅਤੇ ਔਰਤਾਂ ਜਾਂ ਹੋਰ ਪਬਲਿਕ, ਉਹਨਾਂ ਦਾ ਕੋਈ ਰੌਲਾ ਨਹੀਂ ਹੈਗਾ, ਇਹ ਮੀਡੀਆ ਦਾ ਹੀ ਇੱਕ ਕ੍ਰੀਏਟ ਕੀਤਾ ਹੋਇਆ ਇਹ ਹਊਆ ਜਿਹਾ ਹੈ। ਬਿਲਕੁਲ, ਇਹ ਜਦੋਂ ਤੁਸੀਂ ਇੱਧਰ ਆਉਂਦੇ ਹਾਂ ਫਿਰ ਤੁਸੀਂ ਵਿਜ਼ਿਟ ਕਰਦੇ ਹਾਂ, ਦੇਖਦੇ ਹਾਂ, ਮਿਲਦੇ ਹਾਂ, ਇੱਕੋ ਜਿਹੇ ਬੰਦੇ ਨੇ, ਇੱਕੋ ਜਿਹੇ ਹਾਲਾਤ ਨੇ, ਇੱਕੋ ਜਿਹੇ ਧਰਤੀ ਹੈ। ਅਤੇ ਪਾਕਿਸਤਾਨ ਤੁਸੀਂ ਅਕਸਰ ਸੁਣਿਆ ਹੋਣਾ ਕਿ ਖਬਰਾਂ ਦੇ ਵਿੱਚ ਤੁਸੀਂ ਸੁਣਦੇ ਹੋਣੇ ਕਿ ਬੜੇ ਹਾਲਾਤ ਖਰਾਬ ਆ, ਉੱਥੇ ਨਾ ਜਾਇਓ, ਇੰਝ ਨਾ ਹੋਵੇਗਾ, ਇਹ ਹੋ ਜਾਏਗਾ, ਅਤੇ ਇੱਥੇ ਤੁਹਾਨੂੰ ਕੋਈ ਮਹਿਸੂਸ ਹੋਇਆ ਕੁਝ ਇੱਥੇ ਰਿਲੈਕਸ ਸਮਝਦੇ ਜਾਂ ਕੋਈ ਨਹੀਂ, ਇੱਥੇ ਚੰਗਾ ਹੈ ਇੱਥੇ? ਜੀ, ਸੁਣਿਆ ਤਾਂ ਬਹੁਤ ਕੁਛ ਸੀਗਾ ਕਿਉਂਕਿ ਉੱਥੇ ਇਲੈਕਸ਼ਨ ਦਾ ਕੁਛ ਹੋਰ ਟਰਮੋਲ ਜਿਹਾ ਆਇਆ, ਰੌਲਾ ਰੱਪਾ, ਲੇਕਿਨ ਇੱਥੇ ਕੁਛ ਨਹੀਂ ਲੱਗਾ। ਅੱਛਾ, ਅਤੇ ਇਲੈਕਸ਼ਨ ਦੇ ਵਿੱਚ ਅਗਰ ਤੁਸੀਂ ਕਿਹੜੀ ਕਿਹੜੇ ਜਿਹੜੇ ਪਾਕਿਸਤਾਨ ਦੇ ਜਿਹੜੇ ਮੁੱਖ ਮੰਤਰੀ ਨੇ ਜਿਨ੍ਹਾਂ ਨੂੰ ਤੁਸੀਂ ਆਏ, ਜਿਵੇਂ ਕਿ ਨਵਾਜ਼ ਸ਼ਰੀਫ, ਇਮਰਾਨ ਖਾਨ, ਇਹਨਾਂ 'ਚੋਂ ਕਿਹੜਾ ਬੰਦਾ ਚੰਗਾ ਸਮਝਦੇ? ਖਾਨ ਸਾਹਿਬ। ਖਾਨ ਸਾਹਿਬ ਇੱਕ ਤਾਂ ਸੱਚੇ ਬੰਦੇ ਨੇ, ਅੱਛਾ ਪਲੇਅਰ ਹੈ, ਮੈਂ ਉਹਨਾਂ ਦੇ ਬਾਰੇ ਪੜ੍ਹਿਆ ਵੀ ਇਮਾਨਦਾਰ ਬੰਦੇ ਨੇ,
ਤੇ ਕਰਤਾਰਪੁਰ ਕੋਰੀਡੋਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਸਿੱਖ ਕਮਿਊਨਿਟੀ ਦੇ ਵਿੱਚ ਵੀ ਤੇ ਆਵਾਮ ਦੇ ਬਹੁਤ ਫੇਵਰਟ ਨੇ ਬਿਲਕੁਲ ਆਵਾਮ ਦੇ ਹੱਕ ਦੀ ਗੱਲ ਕਰਦੇ ਨੇ ਉਹ ਤੇ ਕੀ ਉਹਨੂੰ ਕਹਿੰਦੇ ਨੇ ਜਿਵੇਂ ਹੁੰਦੇ ਨਾ ਪੰਜਾਬੀ ਦੇ ਵਿੱਚ ਗਲਾਫਜ਼ ਫੱਕਰ ਬੰਦੇ ਨੇ ਨੌਕਰ ਨਾਲ ਬਹਿ ਕੇ ਵੀ ਰੋਟੀ ਖਾ ਲੈਂਦੇ ਨੇ ਬਿਲਕੁਲ ਉਹ ਰਾਜੇ ਨਾਲ ਵੀ ਆ ਕੇ ਉਹਨਾਂ ਨੇ ਡਿਨਰ ਕੀਤਾ ਹੋਇਆ ਤੇ ਨੌਕਰਾਂ ਨਾਲ ਵੀ ਕੀਤਾ ਉਹ ਉਹਨਾਂ ਨੂੰ ਨਹੀਂ ਹੈਗਾ ਤੇ ਨਵਾਜ਼ ਸ਼ਰੀਫ ਦੀ ਕੋਈ ਗੱਲਬਾਤ ਦੱਸ ਦਿਓ ਉਹ ਤੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਉਹਨਾਂ ਦਾ ਤਾਂ ਸਾਰੀ ਆਵਾਮ ਨੂੰ ਹੀ ਪਤਾ ਜੀ ਉਹਨਾਂ ਲੁੱਟ ਲਿਆ ਕੰਟਰੀ ਨੂੰ ਔਰ ਕੀ ਕਹਿ ਸਕਦੇ ਲੁੱਟ ਲਿਆ ਅੱਛਾ ਲੁੱਟਿਆ ਕੀ ਕੰਟਰੀ ਨੂੰ ਲੁੱਟ ਰਿਹਾ ਉਹ ਤੇ ਪਾਕਿਸਤਾਨ ਦੇ ਵਿੱਚ ਰਹਿੰਦੇ ਆ ਕਿ ਤੁਹਾਡੇ ਕੀ ਲੱਗਦਾ ਕਿ ਤੁਸੀਂ ਉੱਥੇ ਰਹਿ ਕੇ ਤੁਹਾਡੇ ਦਿਮਾਗ ਦੇ ਵਿੱਚ ਜ਼ਿਹਨਾਂ ਦੇ ਵਿੱਚ ਕੀ ਆਉਂਦਾ ਕਿ ਪਾਕਿਸਤਾਨ ਦੇ ਵਿੱਚ ਕਿਹੜਾ ਬੰਦਾ ਜਿਹੜਾ ਮੁਲਕ ਨੂੰ ਨਹੀਂ ਚਲਾਉਣਾ ਚਾਹੁੰਦਾ ਜਾਂ ਕੋਈ ਰੌਲਾ ਇਹੋ ਜਿਹਾ ਹੈ ਤੁਸੀਂ ਕੀ ਸੋਚਦੇ ਜੇ ਬਾਹਰ ਜਿਹੜੇ ਰਹੇ ਬੈਠੇ ਅਸੀਂ ਤਾਂ ਇਹ ਸੋਚਦੇ ਹਾਂ ਕਿ ਆਵਾਮ ਜਿਹੜੀ ਆ ਲੋਕਾਂ ਦਾ ਭਲਾ ਹੋਵੇ ਕੋਈ ਵੀ ਹੋਵੇ ਬਿਲਕੁਲ ਜਿਹੜਾ ਵੀ ਕੋਈ ਪ੍ਰਾਈਮ ਮਿਨਿਸਟਰ ਬਣੇ ਪ੍ਰੈਜ਼ੀਡੈਂਟ ਬਣੇ ਲੋਕਾਂ ਦੇ ਹੱਕ ਦੀ ਗੱਲ ਕਰੇ ਬਿਲਕੁਲ ਉਹਨਾਂ ਦੇ ਮਸਲੇ ਹੱਲ ਕਰੇ ਬਿਲਕੁਲ ਤੇ ਤੁਹਾਡਾ ਕੀ ਖਿਆਲ ਹੈ ਹੁੰਦੇ ਵੀ ਮਸਲੇ ਹੱਲ ਇਸ ਟਾਈਮ ਤਾਂ ਸੋ ਸੋ ਹੀ ਆ ਬਾਕੀ ਅੱਲਾ ਖੈਰ ਕਰੇ ਤੇ ਕਦੀ ਤੁਸੀਂ ਜਿੱਦਾਂ ਕਿ ਇੱਥੇ ਇਲੈਕਸ਼ਨ ਹੋਏ ਆ ਇੱਥੇ ਇਲੈਕਸ਼ਨ ਤੇ ਤੁਸੀਂ ਸੁਣਿਆ ਤੁਹਾਡਾ ਕਿ ਧਾਂਦਲੀਆਂ ਹੋ ਗਈਆਂ ਇਹ ਹੋ ਗਿਆ ਤੇ ਕਦੀ ਉੱਥੇ ਵੀ ਇਦਾਂ ਹੋਇਆ ਯੂਐਸਏ ਵਿੱਚ ਜਾਂ ਤੁਸੀਂ ਕਿਤੇ ਸੁਣਿਆ ਹੋਵੇ ਕਿਤੇ ਹੋਰ ਇਦਾਂ ਨਹੀਂ ਉੱਥੇ ਇਦਾਂ ਦਾ ਹੋਇਆ ਤਾਂ ਹੈ ਨਹੀਂ ਪਿਛਲੀ ਵਾਰੀ ਟਰੰਪ ਸਾਹਿਬ ਨੇ ਬਹੁਤ ਉੱਥੇ ਰੌਲਾ ਪਾਇਆ ਕਿ ਇਲੈਕਸ਼ਨ ਜਿਹੜੀ ਆ ਉਹ ਰਿਜਿਡ ਹੋ ਗਈ ਸਟੀਲ ਕਰ ਲਈ ਲੇਕਿਨ ਕੋਰਟਾਂ ਦੇ ਵਿੱਚ ਉਹ ਕੋਈ ਅਪਰੂਵ ਨਹੀਂ ਕਰ ਸਕੇ ਉਹਨਾਂ ਨੇ ਬੜੇ ਕੇਸ ਫਾਈਲ ਕੀਤੇ ਹਰ ਕੋਰਟ ਦੇ ਵਿੱਚ ਗਏ ਨੇ ਹਰ ਸਟੇਟ ਦੀ ਜਿਹੜੀ ਆ ਹਾਈ ਕੋਰਟ ਵਿੱਚ ਗਏ ਨੇ ਲੇਕਿਨ ਹਰ ਥਾਂ ਤੋਂ ਉਹਨਾਂ ਨੂੰ ਹਾਰ ਮਿਲੀ ਆ ਇਹ ਹੁਣ ਦੁਬਾਰਾ ਖੜੇ ਨੇ ਦੇਖੋ ਉੱਥੇ ਕੀ ਹੁੰਦਾ ਅੱਛਾ ਤੇ ਬਾਕੀ ਗੱਲ ਇਹ ਕਿ ਜਿਹੜੇ ਆਪਣੇ ਸਿੱਖ ਭਰਾ ਹੋਰ ਨੇ ਜਾਂ ਜਿਹੜੇ ਦੂਸਰੇ ਮਜ਼ਹਬ ਵਾਲੇ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਕਿ ਪਾਕਿਸਤਾਨ ਦੇ ਵਿੱਚ ਬੜਾ ਸਕੂਨ ਮਾਹੌਲ ਹੈ ਇੱਥੇ ਤੁਸੀਂ ਆਉਣਾ ਚਾਹੀਦਾ ਵਾ ਇੱਥੇ ਬਹੁਤ ਖੂਬਸੂਰਤ ਜਗ੍ਹਾ ਨੇ ਔਰ ਪੁਰਾਣੀਆਂ ਯਾਦਾਂ ਨੇ ਤੁਸੀਂ ਇੱਥੇ ਆਓ ਪਾਕਿਸਤਾਨ ਦੇ ਵਿੱਚ ਆ ਕੇ ਜੀ ਜੀ ਮੈਂ ਤਾਂ ਇਹੀ ਕਹਾਂਗਾ ਜੀ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਪੀਸਫੁੱਲ ਕੰਟਰੀ ਆ ਅਤੇ ਬਹੁਤ ਕੁਛ ਪਿਆ ਸਰਦਾਰਾਂ ਦਾ ਇੱਥੇ ਫਕੀਰ ਅਜੀਜ਼ੁੱਦੀਨ ਸਾਹਿਬ ਜੋ ਹੈ ਉਹਨਾਂ ਦਾ ਮਿਊਜ਼ੀਅਮ ਵੀ ਹੈਗਾ ਉੱਥੇ ਉਹਨਾਂ ਨੇ ਸਿੱਖ ਰਾਜ ਨਾਲ ਸੰਬੰਧਿਤ ਚੀਜ਼ਾਂ ਰੱਖੀਆਂ ਹੋਈਆਂ ਨੇ ਮੇਰਾ ਖਿਆਲ ਹੈ ਫਕੀਰ ਖਾਨਾ ਮਿਊਜ਼ੀਅਮ ਕੁਛ ਨਾਂ ਐਸਾ ਜਿਹਾ ਉਹਨਾਂ ਦਾ ਕਿਉਂਕਿ ਫਕੀਰ ਅਜੀਜ਼ੁੱਦੀਨ ਜੋ ਉਹਨਾਂ ਦੇ ਫੋਰਨ ਮਿਨਿਸਟਰ ਹੁੰਦੇ ਸਨ ਮਹਾਰਾਜਾ ਰਣਜੀਤ ਸਿੰਘ ਦੇ ਅਤੇ ਉਹ ਖਾਲਸਾ ਰਾਜ ਨਾਲ ਸੰਬੰਧਿਤ ਬਹੁਤ ਵੱਡੀਆਂ ਨਿਸ਼ਾਨੀਆਂ ਉੱਥੇ ਪਈਆਂ ਨੇ ਅੰਦਰੂਨ ਲਾਹੌਰ ਦੇ ਵਿੱਚ ਹੈ ਉਹ ਜੀ ਬਿਲਕੁਲ ਜੀ ਜੀ ਤੇ ਤੁਹਾਨੂੰ ਮਾਸ਼ਾਅੱਲਾ ਚੰਗਾ ਵਿਰਕ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਕਿਉਂਕਿ ਇਹ ਸਿੱਖ ਕਮਿਊਨਿਟੀ ਨੂੰ ਮਤਲਬ ਜਿਹੜਾ ਵੀ ਪਾਕਿਸਤਾਨ ਤੋਂ ਬਾਹਰੋਂ ਪਾਕਿਸਤਾਨ ਦੇ ਵਿੱਚ ਆਉਂਦਾ ਨਾ ਉਹਨਾਂ ਦਾ ਭਰਪੂਰ ਇਸਤਕਬਾਲ ਕਰਦੇ ਤੇ ਔਰ ਉਹਨਾਂ ਦੀ ਅੱਛੀ ਖਾਤਰ ਤਵਾਜ਼ਾ ਕਰਦੇ ਨੇ ਕਿ ਜਦੋਂ ਇੱਥੋਂ ਜਾਂਦੇ ਨੇ ਖੁਸ਼ ਹੋ ਜਾਂਦੇ ਤੁਸੀਂ ਸਰ ਕੀ ਕਹਿੰਦੇ ਜੇ ਭਰਾ ਔਰ ਆਪਣੇ ਯੂਐਸਏ 'ਚ ਆਏ ਇਹਨਾਂ ਦੇ ਬਾਰੇ ਕੀ ਕਹਿੰਦੇ ਸਰ ਮੈਂ ਇਹੀ ਕਹਾਂਗਾ ਜੀ ਕਿ ਬੜੀ ਖੁਸ਼ੀ ਹੁੰਦੀ ਹੈ ਜਦੋਂ ਫੋਰਨਰ ਆਉਂਦੇ ਨੇ ਮਹਿਮਾਨ ਕਿਸੇ ਘਰ ਆਉਂਦੇ ਨੇ ਬਿਲਕੁਲ ਅਸੀਂ ਤਾਂ ਪੀਏ ਦਾ ਮਸਲਾ ਮੈਂ ਗੱਲ ਸਮਝਦੇ ਹਾਂ ਕਿ ਘਰ ਬੜਾ ਚੰਗਾ ਹੁੰਦਾ ਖੁਸ਼ ਨਸੀਬ ਹੁੰਦਾ ਜਿੱਥੇ ਪ੍ਰਾਹੁਣੇ ਆਉਣ ਬਿਲਕੁਲ ਇਹ ਤੇ ਬੂਹਾ ਖੜਕਾ ਕੇ ਆਉਣ ਫੋਨ ਕਰਕੇ ਆਉਣ ਇਹ ਬੜਾ ਅੱਛਾ ਲੱਗਦਾ ਔਰ ਮੇਰੇ ਵੱਲੋਂ ਜੋ ਵੀ ਤੁਹਾਡੇ ਦਰਵਾਜ਼ੇ ਖੁੱਲ੍ਹੇ ਨੇ ਬਲਕਿ ਤੁਹਾਡੇ ਪ੍ਰੋਸੈਸ ਨਾਲ ਮੈਂ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਇਹ ਗੱਲ ਕਹਾਂਗਾ ਕਿ ਜਦੋਂ ਮਰਜ਼ੀ ਤਸ਼ਰੀਫ ਲਿਆਓ ਤੁਹਾਡਾ ਆਪਣਾ ਘਰ ਹੈ ਸਾਂਝਾ ਘਰ ਹੈ ਔਰ ਇਹਨੂੰ ਪ੍ਰਾਈਵੇਟਲੀ ਸੰਭਾਲਿਆ ਹੈ ਔਰ ਪੂਰਾ ਦਿਨ ਮਹਿਮਾਨਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਹਿੰਦਾ ਇਹ ਗੱਲ ਦਿਨ ਵੀ ਮਹਿਮਾਨ ਆਉਂਦੇ ਨੇ ਬਿਲਕੁਲ ਬਿਲਕੁਲ ਕੋਈ ਰੋਕ ਟੋਕ ਨਹੀਂ ਹੈ ਅਗਰ ਮੈਨੂੰ ਆਉਣ ਤੋਂ ਪਹਿਲੇ ਪਤਾ ਲੱਗ ਗਿਆ ਕਿ ਮੈਨੂੰ ਕਾਲ ਆ ਜਾਏ ਤਾਂ ਮੈਂ ਸਾਰੇ ਕੰਮ ਛੱਡ ਕੇ ਆਪ ਪਹੁੰਚ ਜਾਂਦਾ ਮੈਂ ਵੈਲਕਮ ਕਰਦਾ ਉਹਨਾਂ ਨੂੰ ਵਿਜ਼ਿਟ ਕਰਾਉਂਦਾ ਉੱਥੇ ਸਾਡੀ ਡਾਕੂਮੈਂਟਰੀ 100 ਪਲੱਸ ਪ੍ਰੋਗਰਾਮ ਹੋਏ ਨੇ ਮੁਖਤਲਿਫ ਚੈਨਲ 'ਤੇ ਉਹ ਐਂਡਰਾਇਡ ਅਤੇ ਯੂਐਸਬੀ ਕਿਤੇ ਨੇ ਦਿਖਾਈਦੇ ਨੇ ਅਤੇ ਹੁਣ ਇਨਸ਼ਾਅੱਲਾ ਲਾਇਬ੍ਰੇਰੀ ਬਣਾਉਣ ਜਾ ਰਹੇ ਹਾਂ ਇਨਸ਼ਾਅੱਲਾ ਕਿਤਾਬਾਂ ਇਕੱਠੀਆਂ ਕਰ ਰਹੇ ਹਾਂ ਇੱਕ ਨਵਾਂ ਕਮਰਾ ਕੰਸਟਰਕਸ਼ਨ ਉਹਦੀ ਕਰਾਂਗਾ ਉੱਥੇ ਰੈਕਸ ਬਣਵਾ ਕੇ ਬਿਹਤਰੀਨ ਭਗਤ ਸਿੰਘ ਦੀਆਂ ਹੈਂਡ ਪੇਂਟਿੰਗ ਜਿਹੜੀਆਂ ਉਹ ਲਗਾਵਾਂਗੇ ਉੱਥੇ ਕਾਨਫਰੰਸ ਟੇਬਲ ਲਗਾਵਾਂਗੇ ਰਿਵਾਲਵਿੰਗ ਚੇਅਰ ਰੱਖਾਂਗੇ ਭਗਤ ਸਿੰਘ 'ਤੇ ਕੋਈ 200-300 ਬੁੱਕਸ ਰੱਖਾਂਗੇ ਔਰ ਉੱਥੇ ਹੈਗਾ ਸਟੂਡੈਂਟਸ ਆਉਣ ਪ੍ਰੋਫੈਸਰਸ ਆਉਣ ਵਾਈਸ ਚਾਂਸਲਰ ਜਾਂ ਜਿਹੜੇ ਵਿਜ਼ਿਟਰਸ ਆਉਣ ਬਿਲਕੁਲ ਕਮਰੇ 'ਚ ਬਹਿ ਕੇ ਉੱਥੇ ਬੁੱਕਸ ਪੜ੍ਹਨਗੇ ਸਟੱਡੀ ਕਰਨਗੇ ਅਤੇ ਮੈਨੂੰ ਇਹ ਹੋਏਗਾ ਕਿ ਮੈਨੂੰ ਜਿਹੜਾ ਚਾਅ ਉਹ ਇਸ ਚੀਜ਼ 'ਚ ਬਣਾਉਣ ਦਾ ਇਹ ਹੈ ਕਿ ਮਹਿਮਾਨ ਹੋਰ ਅੱਧਾ ਘੰਟਾ ਘੰਟਾ ਉੱਥੇ ਬਹਿ ਜਾ ਕਰ ਬਹਿ ਜਾਣ ਇੱਕ ਭਗਤ ਸਿੰਘ ਗੈਲਰੀ ਤਸਵੀਰਾਂ ਵੀ ਦੇਖਿਆ ਕਰਨਗੇ ਕੁਛ ਵੀਡੀਓਜ਼ ਦੇਖਿਆ ਕਰਨ ਬਹਿ ਕੇ ਔਰ ਫਿਰ ਕੁਛ ਲਾਇਬ੍ਰੇਰੀ ਦੇਖਣ ਮਤਾਲਿਆ ਕਰਨ ਕਿਤਾਬਾਂ ਭਗਤ ਸਿੰਘ 'ਤੇ ਪੜ੍ਹਨ ਅਤੇ ਮੇਰੀ ਤਾਂ ਇਹੀ ਖੁਆਇਸ਼ ਹੈ ਔਰ ਇਨਸ਼ਾ ਅੱਲਾਹ ਤਾਲਾ ਇਹ ਘਰ ਜੋ ਵੀ ਘੰਟੇ ਖੁੱਲ੍ਹਾ ਹੈ ਔਰ ਮੇਰੇ ਵੱਲੋਂ ਸਭ ਨੂੰ ਆਲਵੇਜ਼ ਵੈਲਕਮ ਮਾਸ਼ਾਅੱਲਾ ਸਭ ਨੂੰ ਆਲਵੇਜ਼ ਸਾਡੇ ਨਾਲ ਮਾਂ ਜੀ ਵੀ ਹੋਣਗੇ ਉਹਨਾਂ ਨਾਲ ਵੀ ਥੋੜ੍ਹੀ ਜਿਹੀ ਗੱਲਬਾਤ ਕਰਦੇ ਉਹਨਾਂ ਨੂੰ ਪੁੱਛਦੇ ਹਾਂ ਕਿ ਤੁਹਾਨੂੰ ਪਾਕਿਸਤਾਨ ਆ ਕਿਵੇਂ ਦਾ ਅੱਛਾ ਉਹ ਮਾਂ ਜੀ ਹੋਣਾ ਥੋੜ੍ਹਾ ਜਿਹਾ ਕਨਫਿਊਜ਼ ਜਿਹੇ ਹੋਏ ਹੋਏ ਨੇ ਉਹ ਕਹਿੰਦੇ ਅਸੀਂ ਨਹੀਂ ਗੱਲ ਕਰਾਂਗੇ ਬਾਹਰ ਪਾਕਿਸਤਾਨ ਦੇ ਵਿੱਚ ਆ ਕੇ ਸਰਦਾਰ ਜੀ ਤੁਹਾਨੂੰ ਹੋਰ ਕੋਈ ਇਹੋ ਜਿਹੀ ਕਿ ਜਿਹੜੀ ਯਾਦ ਤੁਸੀਂ ਤੁਹਾਡਾ ਦਿਲ ਕਰਦਾ ਹੈਗਾ ਪਾਕਿਸਤਾਨ ਜਾਂਦੇ ਹੋ ਮੇਰਾ ਤਾਂ ਖਿਆਲ ਹੈ ਕਿ ਇਹ ਜਿਹੜੀ ਪਿਆਰ ਮੁਹੱਬਤ ਹੈ ਇਹ ਜਿੱਦਾਂ ਵਿਰਕ ਸਾਹਿਬ ਵਰਗੇ ਲੋਕ ਨੇ ਇਹ ਵਧਾ ਰਹੇ ਨੇ
ਇਹ ਵੀ ਇੱਕ ਜ਼ਰੀਆ ਬਣ ਰਹੇ ਨੇ। ਇਹ ਇੱਕ ਤੁਹਾਡੇ ਮੀਡੀਆ ਦੇ ਵਿੱਚੋਂ ਹੀ ਹਨ ਨਾਸਰ ਢਿੱਲੋਂ ਸਾਹਿਬ ਪੰਜਾਬੀ ਲਹਿਰ ਵਾਲੇ, ਬਿਲਕੁਲ ਉਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ। ਇਹ ਇੱਕ ਦੂਜੇ ਦਾ ਜਿਹੜਾ ਇਹ ਨਾ ਧੁੰਦ ਦਾ ਗਵਾਰਾ ਜਿਹਾ ਬਣਿਆ ਹੋਇਆ ਦੁਸ਼ਮਣੀ ਦਾ ਨਫ਼ਰਤ ਦਾ, ਇਹਨੂੰ ਹਟਾਉਣ ਦੀ ਲੋੜ ਹੈ। ਇਹ ਇਸੇ ਤਰ੍ਹਾਂ ਹਟੇਗਾ ਕਿਉਂਕਿ ਇੱਕ ਦੂਜੇ ਨਾਲ ਮੇਲ ਮਿਲਾਪ ਕਰਕੇ, ਇੱਕ ਦੂਜੇ ਦੇ ਨਾਲ ਸਮਝ ਕੇ ਬੈਠ ਕੇ ਗੱਲਬਾਤ ਕਰਕੇ, ਹੋਰ ਇਨਸਾਨ ਇੱਕੋ ਜਿਹੇ ਨੇ। ਬਿਲਕੁਲ ਇਹ ਗੱਲ ਤੇ ਹੈ। ਤੇ ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖ ਰਹਿਣ ਵਾਲੇ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆਪਣੇ? ਮੈਂ ਤਾਂ ਇਹ ਆਖਾਂਗਾ ਜੀ, ਕੋਈ ਤੁਹਾਡਾ ਮਸਲਾ ਹੈ ਤਾਂ ਸਰਕਾਰ ਕੋਲ ਲਿਆਓ, ਜਾਂ ਤੁਸੀਂ ਆਪਣੀ ਕੋਈ ਵੀ ਹੈਗਾ ਮਿਲ ਬੈਠ ਕੇ ਹੱਲ ਕਰੋ। ਪੀਸਫੁਲ ਕੰਟਰੀ ਆ, ਇੰਜੋਏ ਕਰੋ, ਤੇ ਜਨਾਬ ਜਾਂਦੇ ਜਾਂਦੇ ਵਾਰੀ ਇਹਨਾਂ ਨਾਲ ਗੱਲਬਾਤ ਕੀਤੀ, ਬਹੁਤ ਚੰਗਾ ਲੱਗਾ। ਅਤੇ ਜਨਾਬ ਅੱਜ ਦਾ ਜਿਹੜਾ ਸਾਨੂੰ ਅੱਜ ਦੇ ਦਿਨ ਵਾਸਤੇ ਸਾਨੂੰ ਦਿਓ ਇਜਾਜ਼ਤ, ਅਤੇ ਕਿਉਂਕਿ ਇਹਨਾਂ ਨੂੰ ਟਾਈਮ ਹੋ ਗਿਆ, ਇਹਨਾਂ ਨੇ ਜਾਣਾ ਵਾਪਸ। ਇਹਨਾਂ ਦੀਆਂ ਹੋਰ ਵੀਡੀਓ ਤਸਵੀਰਾਂ ਮੈਂ ਤੁਹਾਨੂੰ ਦਿਖਾਵਾਂਗਾ, ਜਿਹੜੀਆਂ ਇਹਨਾਂ ਨੇ ਕੋਈ ਇੱਥੇ ਵਿਜ਼ਿਟ ਕੀਤਾ ਵਾ ਉਹ ਤੁਹਾਨੂੰ ਨਾਲ ਦਿਖਾ ਦਾਂਗੇ। ਬਾਕੀ ਸਾਨੂੰ ਦਿਓ ਇਜਾਜ਼ਤ ਅਤੇ ਅੱਲਾ ਨਿਕਲੇ।